गेहूं की पर्ची को लेकर हुआ झगड़ा। घटना लुधियाना के शहीद भगत सिंह नगर की, जहां आज सुबह डिपो होल्डर द्वारा राशन की पर्चियां बांटी जा रही थी, तो वहां एक शख्स जिसके द्वारा वीडियो बनाई जा रही थी, तभी एक बुजुर्ग महिला द्वारा उसे वीडियो बनाने से रोका, जिसको लेकर आपस में तकरार शुरू हो गई। व्यक्ति द्वारा बुजुर्ग महिला पर चप्पल से मारने की बात कही गई। वहीं दूसरी तरफ बुजुर्ग महिला के पारिवारिक सदस्यों द्वारा कहा गया कि जब बुजुर्ग महिला द्वारा उसे वीडियो बनाने से रोका गया तो उसे बुजुर्ग महिला के साथ मारपीट की गई। वहीं कुछ इलाका निवासियों द्वारा भी व्यक्ति के हक में बोलते हुए दिखाई दिए। घटना CCTV कैमरे में कैद हो गई। और क्या कहना था, घायल बुजुर्ग महिला का, पारिवारिक सदस्यों का और लोक साथ पार्टी से आए हुए नेता का। जनसभा एक्सप्रेस TV के लिए लुधियाना से जसविंदर सिंह की रिपोर्ट। मेरी दुकान इस टाइम बंद पई है। दुकान बंद करके मैनू सवेरे फोन आए भाजी, इतने बहुत रश लगा हुआ, कुटमार हो रही है, प्लीज तुम आ जाओ। मैं लोक इंसाफ पार्टी तो हल्का गिल तो हाँ, ठीक है, मेरा फर्ज बनता भी पब्लिक की आवाज़ चकना, ठीक है। हुण डिपो वाला की करता जी, डिपो वाले दो तीन घर पूरी कार्रवाई असीं नाल खड़ के करावांगे, ठीक है। जिहड़ा सही होगा सही करावांगे, गलत होगा गलत करावांगे, ठीक है। मैं जी कई दिनों तो अपना देख रहा सीगा, मैं परसों DC साहब नूं लिखत दे विच मंग पत्र भी दे के आया, कंप्लेट भी दे के आया सेम डिपो वाले की, ठीक है। इन्हों नूं मैं दो तीन दिन पहले इन्हों पुछया भाजी तुहाडी कणक कदों वाणी, कदों तुसीं पर्चियां कट्टणियां ने, ठीक है। ਇਹ ਕਹਿੰਦੇ ਜੀ ਭਾਜੀ ਆਪਣਾ ਹਫਤੇ ਤੱਕ ਕੱਟਾਂਗੇ, 10 ਦਿਨ ਬਾਅਦ, ਠੀਕ ਹੈ। ਹਾਂਜੀ, ਉਸ ਤੋਂ ਬਾਅਦ ਮੈਂ ਸਿਰਫ ਇੰਨੀ ਕੁ ਬੇਨਤੀ ਕੀਤੀ ਉਹਨੂੰ, ਡਿਪੂ ਵਾਲੇ ਨੂੰ ਰਿਕੁਐਸਟ ਕੀਤੀ, ਸਾਰੀਆਂ ਲੇਡੀਜ਼ ਖੜੀਆਂ ਨੇ ਉਹਨਾਂ ਸਾਹਮਣੇ। ਮੈਂ ਕਿਹਾ ਤੁਸੀਂ ਰਿਕੁਐਸਟ ਮੇਰੀ ਹੱਥ ਜੋੜ ਕੇ ਜਿਹੜੀ ਤੁਸੀਂ ਕਣਕ ਵੰਡਣੀ ਆ ਵਜਨ ਕਰਕੇ ਵੰਡਿਓ, ਵੀ ਕਿਸੇ ਗਰੀਬ ਨਾਲ ਕਣਕ ਗਰੀਬ ਨੂੰ ਘੱਟ ਨਾ ਮਿਲੇ ਜਾਂ ਧੱਕਾ ਨਾ ਹੋਵੇ, ਠੀਕ ਆ। ਇਹ ਗੱਲ ਆਪਾਂ ਕਹੀ ਸੀ, ਉਸ ਜਿਹੜੇ ਉੱਥੇ ਖੜੇ ਸੀਗੇ ਉਹਨਾਂ ਨੂੰ ਦੇਖਿਆ ਹੋਣਾ, ਮੇਰੀ ਵਾਈਫ ਮੇਰੇ ਨਾਲ ਸੀ, ਉਹ ਮੇਰੇ ਨਾਲ ਮਿਸਬਿਹੇਵ ਕਰਨ ਲੱਗ ਗਿਆ ਵੀ ਮੈਂ ਵਿੱਚੋਂ ਕੱਢੀ ਆ, ਮੈਂ ਇੱਦਾਂ ਉੱਦਾਂ। ਜੇ ਭਾਈ ਸਾਹਿਬ ਤੁਸੀਂ ਸਹੀ ਹੋ, ਤੁਹਾਨੂੰ ਕੀ ਹਰਜ ਆ ਵੀ ਪਿੱਛੋਂ ਜਿਵੇਂ ਕਣਕ ਆਈ ਆ ਤੁਸੀਂ ਵਜਨ ਕਰਕੇ ਦਿਓ, ਤੁਹਾਡਾ ਕੀ ਮਤਲਬ ਬਣਦਾ ਵੀ ਤੁਸੀਂ ਮੇਰੇ ਨਾਲ ਹੀ ਉਹ ਕਰ ਰਹੇ ਹੋ। ਫਿਰ ਮੈਂ ਅਗਲੇ ਦਿਨ ਮਿਸਬਿਹੇਵ ਕੀਤਾ ਜਾਂਦਾ, ਮਿਸਬਿਹੇਵ ਭਾਜੀ ਪਤਾ ਕੀ ਆ, ਇੱਕ ਡਿਪੂ ਵਾਲੇ ਕੋਲ 4 ਡਿਪੂ ਨੇ, ਠੀਕ ਆ। ਜਿਹੜੀ ਕਣਕ ਆ ਹੁਣ ਕੰਪਿਊਟਰ ਦੀ ਪਰਚੀ ਨਿਕਲਦੀ ਆ, ਜੇ ਸਹੀ ਬੰਦਾ ਆਵੇ ਕੰਪਿਊਟਰ ਦੀ ਪਰਚੀ ਦਵੇ ਪਬਲਿਕ ਨੂੰ, ਆਹ ਫੜੋ ਜੀ ਪਰਚੀ, ਇਹਦੇ ਸਾਹਮਣੇ ਤੁਹਾਨੂੰ ਕਣਕ ਮਿਲਣੀ ਆ। ਉਹ ਸੁਨੀਲ ਕੁਮਾਰ ਆ ਜੀ, ਉਹ ਕੀ ਇੱਥੇ ਹੀ ਰਹਿੰਦਾ ਜੀ, ਇੱਥੇ ਉਹ ਕੀ ਕਰਦਾ ਜੀ ਭਾਜੀ, ਹੱਥ ਨਾਲ ਪਰਚੀ ਲਿਖ ਕੇ ਦੇ ਦਿੰਦਾ, ਠੀਕ ਆ, ਸਾਰੇ ਗਵਾਹ ਨੇ, ਕੰਪਿਊਟਰ ਵਾਲੀ ਪਰਚੀ ਨਹੀਂ ਦਿੰਦਾ। ਜੇ ਉਹ ਬੰਦਾ ਇਮਾਨਦਾਰ ਆ ਸੱਚਾ, ਕੋਈ ਉਹਨੇ ਘਟਾਲਾ ਨਹੀਂ ਕੀਤਾ, ਠੀਕ ਆ, ਫਿਰ ਕਹਿਣ ਦਾ ਮਤਲਬ ਕੰਪਿਊਟਰ ਵਾਲੀ ਪਰਚੀ ਕਿਉਂ ਨਹੀਂ ਦੇ ਰਿਹਾ। ਇਹ ਸਾਲ ਪਹਿਲਾਂ ਵੀ ਮੇਰੇ ਕੋਲ ਆਏ ਸੀਗੇ ਰਜਿੰਦਰ ਭਾਈ, ਇੱਕ ਮੈਂ ਥੋੜ੍ਹੀ ਜਿਹੀ ਗੱਲ ਮੈਂ ਤੁਹਾਨੂੰ ਪੂਰੀ ਕਰ ਲੈਂਦਾ। ਸਾਲ ਪਹਿਲਾਂ ਕੀ ਹੋਇਆ ਸੀਗਾ, ਜੋ ਸਰਕਾਰੀ ਸੈਂਟਰ ਦੀ ਕਣਕ ਆਈ ਸੀ ਨਾ ਜੀ, ਉਹਦਾ 25 ਕਿਲੋ ਇੱਕ ਮੈਂਬਰ ਦੀ ਕਣਕ ਸੀਗੀ, ਠੀਕ ਹੈ। ਉਹਦਾ ਇਹ ਮੈਨੂੰ ਕੰਪਲੇਂਟਾਂ ਇੱਦਾਂ ਹੀ ਆ ਰਹੀਆਂ ਸੀਗੀਆਂ ਵੀ ਭਾਜੀ ਘਪਲਾ ਹੋ ਰਿਹਾ। ਇੱਥੇ ਨੇੜੇ ਦੇ ਬੰਦਿਆਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਭਾਜੀ 25 ਕਿਲੋ ਕਣਕ ਆ ਰਹੀ ਹੈ, 20 ਕਿਲੋ ਦੇ ਰਿਹਾ। ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਵੀ ਇੱਦਾਂ ਕਰਕੇ ਵੀ ਆਹ ਪ੍ਰੋਬਲਮ ਆ ਰਹੀ ਹੈ, ਵੀ ਤੁਸੀਂ ਇੱਦਾਂ ਕਿਉਂ ਕਰ ਰਹੇ, ਮੈਂ ਤੁਹਾਡੀ ਕੰਪਲੇਂਟ ਕਰੂੰਗਾ। ਉਦੋਂ ਭਾਈ ਸਾਹਿਬ ਸਾਰੇ ਇਕੱਠੇ ਹੋ ਕੇ ਮਾਫੀ ਮੰਗੀ ਇਹਨਾਂ ਨੇ, ਵੀ ਅੱਗੇ ਤੋਂ ਇੱਦਾਂ ਨਹੀਂ ਕਰਦੇ ਅਸੀਂ। ਘੱਟ ਦਿੱਤੀ ਜਾ ਰਹੀ ਸੀ ਭਾਜੀ, 25 ਕਿਲੋ ਦੀ 20 ਕਿਲੋ ਦਿੱਤੀ ਜਾ ਰਹੀ ਸੀ। ਰਜਨੀ ਰਜਨੀ ਜੀ, ਕਿਹੜੀ ਜਗ੍ਹਾ ਆਏ ਔਰ ਇਹ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਰਿੰਕੂ ਦਾ ਡਿਪੂ ਹੈ ਜੀ, ਤੇ ਇੱਥੇ ਜੀ ਅਸੀਂ ਸਵੇਰ ਦੇ ਆ ਕੇ 6 ਵਜੇ ਦੇ ਬੱਚਿਆਂ ਨੂੰ ਛੱਡ ਕੇ, ਭੁੱਖਿਆਂ ਨੂੰ ਛੱਡ ਕੇ ਘਰੋਂ ਆਏ ਹੋਏ ਆ, ਤੇ ਅਸੀਂ ਇਹ ਕਹਿੰਦੇ ਆ ਜਦੋਂ ਅਸੀਂ ਲਾਈਨ ਦੇ ਵਿੱਚ ਖੜੇ ਹੋਏ ਆ ਤੇ ਬੰਦਾ ਵੀਡੀਓ ਬਣਾ ਰਿਹਾ, ਬੁੜੀ ਨੂੰ ਬੋਲਣ ਦੀ ਕੀ ਜ਼ਰੂਰਤ ਸੀਗੀ ਜੀ, ਕਿਉਂ ਮਾਰੀਆਂ ਉਹ ਜਦੋਂ ਉਹਦੇ ਵੀਡੀਓ ਅਸੀਂ ਵੀ ਬਣਾਉਂਦੇ, ਜੇ ਵੀਡੀਓ ਮਤਲਬ ਕਿ
जे असी होंगे उस बंदे की जगह असं भी हरासमेंट हो रहे हैं, असं भी वीडियो बनाते ते ओ गलत उन्हें क्यों मारी तो चप्पल मारी, चप्पल तो कोई भी नहीं खाऊगा जी, चप्पल लड़ाई हुई है बुढ़ी ने क्यों मारिया असं बंदे हक च खड़े हैं भी उन्होंने इंसाफ मिलना चाहिए, बस बंदे बहुत नजायज हुई हैगी आवाज उठा रहा है बंद करके चले गए जी, कहते हाले पहले नहीं पर्चियां कटनिया है जो हूँ बंदे ने बुढ़ी आके जो उन्हें खराब करता क्यों मान तो की लोड़ सी वीडियो बना रहा साड़ी भी तो बना रहा वीडियो जो पर्ची कटन लिया आया मशीन नहीं चली हैगी।